ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਸਿਨੇਮੈਟਿਕ ਸ਼ਾਰਟ ਤੁਸੀਂ ਦੇਖ ਹੀ ਚੁੱਕੇ ਹੋ। ਅੱਜ ਆਪਣੇ ਕੋਲ ਬੁਲੇਟ, ਯਾਮਾ, ਸਪਲੈਂਡਰ, ਡੀਲਕਸ ਸਾਰਾ ਕੁਛ ਖੜਾ ਵਾ। ਗੱਲ ਕਰੀਏ ਪ੍ਰਾਈਸ ਰੇਂਜ ਦੀ ਤਾਂ ਸਮਥਿੰਗ 15-16 ਹਜ਼ਾਰ ਦੇ ਆਸ ਪਾਸ ਜਿਹੜੀ ਬਾਈਕਸ ਹੈ ਉਹ ਸਟਾਰਟ ਹੋ ਜਾਂਦੀਆਂ ਨੇ। ਡੀਲਰ ਦੀਆਂ ਡਿਟੇਲਸ ਡਿਸਕ੍ਰਿਪਸ਼ਨ 'ਚ ਦਿੱਤੀਆਂ ਹੋਈਆਂ ਨੇ। ਇੱਕ ਵਾਰ ਤੁਹਾਡੇ ਵੀਰੇ ਨਾਲ ਮੈਂ ਇੰਟਰੋਡਕਸ਼ਨ ਕਰਾਉਂਦਾ ਕਿੱਥੇ ਖੜਾ, ਕਿਹੜਾ ਡੀਲਰ ਹੈ, ਠੀਕ ਹੈ ਜੀ? ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਭਾਅ ਜੀ। ਵੀਰ ਜੀ, ਵਿਊਵਰਸ ਨੂੰ ਆਪਣਾ ਇੰਟਰੋਡਕਸ਼ਨ ਦਿਓ। ਹਾਂਜੀ ਭਾਅ ਜੀ, ਮਾਈ ਨੇਮ ਹਰਵਿੰਦਰ ਸਿੰਘ ਬਾਜਵਾ ਅਤੇ ਆਪਣਾ ਗੁਰੂ ਨਾਨਕ ਆਟੋ ਡੀਲ ਨਕੋਦਰ, ਜੀ ਬੀ ਟੀ ਪੇ ਨਗਰ ਨਕੋਦਰ ਜੀ ਆ ਜਾਂਦਾ। ਠੀਕ ਹੈ ਜੀ। ਹਾਂਜੀ, ਅਤੇ ਆਪਣੇ ਕੋਲ ਬਾਈਕ ਬਾਰੇ ਤੁਸੀਂ ਪੁੱਛ ਰਹੇ ਸੀਗੇ। ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਬਾਈਕ ਪਈ ਹੈ ਭਾਅ ਜੀ। ਛੋਟੀ ਵੀ ਮਤਲਬ ਕਾਟੋ 15-10 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ ਭਾਅ ਜੀ। ਜਿੰਨੀ ਮਹਿੰਗੀ ਚਾਹੀਦੀ ਹੋ, ਮਤਲਬ ਬੁਲਟ ਵੀ ਹੈਗਾ, ਜਾਮਾ ਵਗੈਰਾ ਵੀ ਹੈਗਾ, ਸਪਲੈਂਡਰ, ਡੀਲੈਕਸ, ਸਕੂਟਰ ਵਗੈਰਾ ਵੀ ਸਾਰੇ ਅਵੇਲੇਬਲ ਹੁੰਦੇ ਆਪਣੇ ਕੋਲ। ਠੀਕ ਹੈ ਜੀ। ਹਾਂਜੀ, ਮੇਰੇ ਕੋਲ ਜਿੱਦਾਂ ਦੀ ਗੱਡੀ ਚਾਹੀਦੀ ਮਿਲ ਜਾਂਦੀ ਭਾਅ ਜੀ। ਤੇ ਵੀਰ ਜਿਹੜਾ ਪੇਪਰ ਵਰਕ ਹੋਊਗਾ ਇਹਨਾਂ ਦਾ? ਪੇਪਰ ਵਰਕ ਭਾਅ ਜੀ ਸਾਰਾ ਆ, ਪੇਪਰ ਵਰਕ ਦੀ ਮੇਰੀ ਗਰੰਟੀ ਵੀ ਆ। ਠੀਕ ਹੈ। ਤੇ ਐਕਸੀਡੈਂਟਲ ਤਾਂ ਨਹੀਂ? ਨਹੀਂ ਭਾਅ ਜੀ, ਐਕਸੀਡੈਂਟਲ ਮੈਂ ਚੀਜ਼ ਨਾ, ਐਕਸੀਡੈਂਟਲ ਤੇ ਨਾ ਚੋਰੀ ਦੀ ਤੇ ਨਾ ਭਾਅ ਜੀ ਪੇਪਰਾਂ ਤੋਂ ਬਗੈਰ ਕੋਈ ਚੀਜ਼ ਨਹੀਂ ਮੇਰੀ ਦੁਕਾਨ ਤੇ ਅੱਜ ਤੱਕ ਇੱਦਾਂ ਨਹੀਂ। ਮੇਰੇ ਕੋਲ ਜਿਹੜਾ ਇੱਕ ਵਾਰੀ ਗਾਹਕ ਲੈ ਗਿਆ ਨਾ ਭਾਅ ਜੀ, ਦੋ ਦੋ ਤਿੰਨ ਤਿੰਨ ਵਾਰੀ ਗੱਡੀ ਲੈ ਵੀ ਚੁੱਕੇ ਆ ਤੇ ਸੇਲ ਵੀ ਕਰ ਚੁੱਕੇ। ਓਕੇ। ਸੋ ਪੇਪਰ ਵਰਕ ਦੀ ਜ਼ਿੰਮੇਵਾਰੀ ਤੁਹਾਡੀ? ਬਿਲਕੁਲ, ਜ਼ਿੰਮੇਵਾਰੀ ਮੇਰੀ ਆ, ਬਿਲਕੁਲ ਲਿਖਤੀ ਰੂਪ ਦੇ ਵਿੱਚ ਭਾਅ ਜੀ ਜ਼ਿੰਮੇਵਾਰੀ ਹੁੰਦੀ ਆ। 15-16 ਹਜ਼ਾਰ ਅਗਰ ਗੱਲ ਕਰੀਏ, 10-15-16 ਹਜ਼ਾਰ ਦੀ ਰੇਂਜ ਬਾਈਕ ਜਿਹੜੇ ਸਟਾਰਟ ਨੇ। ਸੋ ਇੱਕ ਇੱਕ ਕਰਕੇ ਜਿਹੜੀ ਬਾਈਕ ਦੀ ਡਿਟੇਲ ਤੁਹਾਨੂੰ ਦਿਖਾਉਣੀਆਂ ਸ਼ੁਰੂ ਕਰਦਾ। ਗੱਲ ਕਰੀਏ ਆਪਣੇ ਕੋਲ ਅੱਜ ਸਾਰਾ ਮਿਕਸ ਸੈਗਮੈਂਟ ਰਹੂਗਾ। ਸਿਨੇਮੈਟਿਕ ਸ਼ਾਰਟ ਤੁਸੀਂ ਦੇਖ ਚੁੱਕੇ ਹੋ, ਯਾਮਾ ਦੀ ਬਹੁਤ ਡਿਮਾਂਡ ਹੁੰਦੀ ਹੈ। ਵੀਡੀਓ ਪੂਰੀ ਦੇਖਿਓ, ਅੱਜ ਆਪਣੇ ਕੋਲ ਯਾਮਾ, ਬੁਲੇਟ ਦੋਨੋਂ ਖੜੇ ਨੇ। ਸੋ ਇੱਕ ਕਰਕੇ ਜਿਹੜੀ ਬਾਈਕ ਦੀ ਡਿਟੇਲ ਮੈਂ ਤੁਹਾਨੂੰ ਦਿਖਾਉਣੀਆਂ ਸ਼ੁਰੂ ਕਰਦਾ ਵਾਂ। ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਇੱਧਰ ਦੇਖ ਸਕਦੇ ਹੋ, ਆਪਣੇ ਕੋਲ ਸਕੂਟਰੀ, ਅਪਾਚੀ, ਠੀਕ ਹੈ ਜੀ, ਉੱਪਰ ਬੁਲੇਟ ਹੋ ਗਿਆ, ਪਲੈਟਿਨਾ, ਸਪਲੈਂਡਰ ਸਾਰਾ ਕੁਛ ਹੀ ਖੜਾ ਵਾ। ਇੱਧਰ ਗੱਲ ਕਰੀਏ ਤਾਂ ਆਪਣੇ ਕੋਲ ਡੀਲਕਸ, ਯਾਮਾ, ਪਲੈਟਿਨਾ ਸਭ ਕੁਛ ਖੜਾ। ਇੱਕ ਇੱਕ ਕਰਕੇ ਬਾਈਕ ਦੀ ਡਿਟੇਲ ਦੇਣੀਆਂ ਮੈਂ ਤੁਹਾਨੂੰ ਸ਼ੁਰੂ ਕਰਦਾ। ਮਾਡਲ ਦੇ ਨੰਬਰ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਪਤਾ ਹੀ ਹੈ, ਨੰਬਰ ਲੱਗੇ ਹੋਏ ਬਾਈਕ ਤੇ, ਜਿੱਦਾਂ ਕਿ 19/46 ਹੈ ਤਾਂ ਜੀ। ਸਭ ਤੋਂ ਪਹਿਲੇ ਗੱਲ ਕਰੀਏ ਤਾਂ ਸੀ ਡੀ ਡੀਲਕਸ, ਠੀਕ ਹੈ ਜੀ, ਬਲੈਕ ਦੇ ਵਿੱਚ ਗ੍ਰੇ ਕਲਰ ਦਾ ਕੋਂਬੀਨੇਸ਼ਨ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਆ, ਥੋੜ੍ਹਾ ਜਿਹਾ ਧੁੱਪ ਤੇਜ਼ ਹੋਣ ਕਰਕੇ ਸ਼ਾਇਦ ਤੁਹਾਨੂੰ ਡਸਟੀ ਜੀ ਲੱਗੇ, ਪਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ 'ਚ ਖੜਾ। PB09 ਨੰਬਰ ਹੈ ਜੀ। ਬਾਈਕ ਦੇ ਨੰਬਰ ਚੈੱਕ ਕਰ ਲਿਓ ਅਗਰ ਡਿਟੇਲ 'ਚ ਲੈਣੀ, ਜਿੱਦਾਂ ਕਿ 41-24 ਹੈ, ਕਿਉਂਕਿ ਐਂ ਬਾਈਕਸ ਅੰਦਰ ਜਿਵੇਂ ਸੇਮ ਡੀਲਰ 2-3 ਮਾਡਲ ਹੋਰ ਖੜੇ, ਡਿਟੇਲਸ ਮਿਸਮੈਚ ਨਾ ਹੋਣ ਤੁਹਾਡੇ ਡੀਲਰ ਨਾਲ। ਗੱਲ ਕਰੀਏ ਪ੍ਰਾਈਸ ਦੀ ਤਾਂ ਜੀ, 19/46 ਹਜ਼ਾਰ ਰੁਪਏ ਡਿਮਾਂਡ ਹੈ ਜੀ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ, ਬਾਕੀ ਜਿਹੜੇ ਪ੍ਰਾਈਜ਼ ਦੇ ਮੌਕੇ 'ਤੇ ਨੈਗੋਸ਼ੀਏਟ ਹੋ ਜਾਣਗੇ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਜੀ, ਯਾਮੇ ਦੀ ਬਹੁਤ ਡਿਮਾਂਡ ਆਉਂਦੀ ਹੈ। ਸਭ ਤੋਂ ਪਹਿਲੇ ਕੰਡੀਸ਼ਨ ਵੇਖੋ ਤੁਸੀਂ, ਗ੍ਰੀਨ ਜੇ ਕਲਰ ਦੇ ਵਿੱਚ ਹੈਗਾ ਵਾ ਜੀ। ਯਾਮਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਅਲੱਗ ਤੋਂ ਲੋਇ ਵੀਲਸ ਪਾਏ ਹੋਏ ਆ। ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ, ਬਿਲਕੁਲ ਹੀ ਨਵੀਂ ਕੰਡੀਸ਼ਨ 'ਚ ਜਿਹੜੇ ਟਾਇਰ ਆ ਉਹ ਪਏ ਨੇ, ਯਾਮਾ RX100। ਗੱਲ ਕਰੀਏ ਤਾਂ ਜੀ, 1996 ਮਾਡਲ ਹੈ, 1996 ਮਾਡਲ ਹੈ, 30,000 ਰੁਪੀਸ ਜਿਹੜੀ ਇਹਦੀ ਡਿਮਾਂਡ ਹੈ। ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ, ਤੁਹਾਡੇ ਸਾਹਮਣੇ ਜੀ, ਯਾਮਾ RX100 ਆਪਣੇ ਤਰੀਕੇ ਨਾਲ ਜਿੱਦਾਂ ਦੇ ਮੋਡੀਫਿਕੇਸ਼ਨ ਚਾਹੋ ਤੁਸੀਂ ਕਰ ਸਕਦੇ ਹੋ। ਸਿੰਪਲ ਸੋਬਰ ਆਈਟਮ ਹੈ, ਬਟ ਗੱਲ ਕਰੀਏ ਇੰਜਨ ਦੀ ਕੰਡੀਸ਼ਨ ਵੀ ਸਾਫ਼ ਲੱਗ ਰਹੀ ਹੈ ਅਤੇ ਬਾਕੀ ਬੋਡੀ ਲਾਈਨ ਵੀ ਚੰਗੀ ਪਈ ਹੈ ਜੀ। ਟਾਇਰਾਂ ਦੀ ਕੰਡੀਸ਼ਨ ਵੀ ਵਧੀਆ, ਅਲੋਏ ਵੀਲਸ ਪਾਏ ਹੋਏ ਨੇ। ਬਾਕੀ ਜਿਸ ਤਰ੍ਹਾਂ ਦੀ ਤੁਹਾਨੂੰ ਇੰਟਰਸਟ ਹੋ ਸਕਣਾ ਤੁਸੀਂ ਮੋਡੀਫਾਈ ਕਰ ਸਕਦੇ ਹੋ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਜੀ, ਆਪਣੇ ਕੋਲ ਖੜਾ ਪਲੈਟੀਨਾ 2019 ਮਾਡਲ, 47,000 ਰੁਪਏ ਡਿਮਾਂਡ, PB08 ਜਲੰਧਰ ਦਾ ਨੰਬਰ ਹੈ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਲੈਕ ਦੇ ਵਿੱਚ ਸਿਲਵਰ ਕਲਰ ਦਾ ਕੋਂਬੀਨੇਸ਼ਨ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਆ, ਤੁਸੀਂ ਚੈੱਕ ਕਰ ਸਕਦੇ ਹੋ। ਥੋੜ੍ਹਾ ਜਿਹਾ ਧੁੱਪ ਪੈਣ ਕਰਕੇ ਜਿਹੜੀ ਡਸਟੀ ਜਿਹਾ ਲੱਗ ਰਿਹਾ ਹੁਣ, ਕੋਈ ਧੁੱਪ ਬਹੁਤ ਤੇਜ਼ ਆ, ਇੰਨੀ ਧੁੱਪ 'ਚ ਤੁਹਾਡੇ ਲਈ ਵੀਡੀਓਜ਼ ਬਣਾ ਰਹੇ ਹਾਂ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਠੀਕ ਹੈ ਜੀ, ਤੁਹਾਡੇ ਲਈ ਇੰਨੀ ਮਿਹਨਤ ਕਰ ਰਹੇ ਹਾਂ। ਸੋ ਗੱਲ ਕਰੀਏ ਬਾਈਕ ਦੀ ਤਾਂ ਜੀ, ਬਲੈਕ ਕਲਰ ਦੇ ਵਿੱਚ ਗ੍ਰੇ ਕਲਰ ਦਾ ਕੋਂਬੀਨੇਸ਼ਨ ਆ। ਪ੍ਰਾਈਜ਼ ਇੱਕ ਤੁਹਾਨੂੰ ਦੁਬਾਰਾ ਦਿਖਾ ਦਿੰਦਾ, 2019 ਮਾਡਲ, 47,000 ਰੁਪੀਸ ਜਿਹੜੀ ਇਹਦੀ ਡਿਮਾਂਡ ਹੈ। ਇਸ ਤੋਂ ਅੱਗੇ ਗੱਲ ਕਰੀਏ ਜੀ, ਆਪਣੇ ਕੋਲ ਖੜਾ CT100, ਠੀਕ ਹੈ ਜੀ, ਬਲੈਕ ਦੇ ਵਿੱਚ ਰੈੱਡ ਗ੍ਰੇ ਕਲਰ ਦਾ ਕੋਂਬੀਨੇਸ਼ਨ, ਬਿਲਕੁਲ ਹੀ ਵਧੀਆ ਕੰਡੀਸ਼ਨ 'ਚ ਖੜਾ ਵਾ। ਗੱਲ ਕਰੀਏ ਮਾਡਲ ਦੀ ਤਾਂ ਜੀ, 2018 ਮਾਡਲ ਹੈ ਅਤੇ 35,000 ਰੁਪਇਆ, 35,000 ਰੁਪੀਸ ਜਿਹੜੀ ਇਹਦੀ ਡਿਮਾਂਡ ਹੈ। ਬਾਈਕ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ, ਬਲੈਕ ਦੇ ਵਿੱਚ ਰੈੱਡ ਗ੍ਰੇ ਕਲਰ ਦਾ ਕੋਂਬੀਨੇਸ਼ਨ। ਨੈਕਸਟ ਆਪਣੇ ਕੋਲ ਆ ਰਿਹਾ ਜੀ ਪਲੈਟੀਨਾ, ਠੀਕ ਹੈ ਜੀ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਥੋੜ੍ਹੀ ਜਿਹੀ ਰਫ ਹੈ, ਨੰਬਰ ਪਲੇਟ ਦੀ ਹੀ ਹੈ, ਬਾਕੀ ਠੀਕ ਹੈ ਜੀ, ਕੰਡੀਸ਼ਨ ਓਕੇ ਹੈ, ਕੋਈ ਪ੍ਰੋਬਲਮ ਨਹੀਂ ਗੀ। ਬਜਾਜ ਦਾ ਪਲੈਟੀਨਾ ਮਾਡਲ ਦੀ ਗੱਲ ਕਰੀ ਤਾਂ ਜੀ, 2017 ਮਾਡਲ, 35,000 ਰੁਪਇਆ ਜਿਹੜੀ ਡਿਮਾਂਡ ਹੈ। ਪੁਰਾਣੇ ਡਿਜ਼ਾਇਨ ਦੇ ਵਿੱਚ ਕਹਿ ਦਈਏ ਤਾਂ ਹੀ ਤੁਸੀਂ ਦੇਖ ਸਕਦੇ ਹੋ, ਅਗਰ ਕੋਈ ਪੁਰਾਣੇ ਪਸੰਦ ਹੈ, ਕਿਉਂਕਿ ਇਹਨਾਂ ਦੀ ਐਵਰੇਜ ਬਹੁਤ ਵਧੀਆ ਰਹੀ ਹੈ। ਨਵੇਂ ਦੀ ਹਲੇ ਮੈਨੂੰ ਸ਼ੋਰ ਨਹੀਂ, ਬਟ ਪੁਰਾਣੇ ਦੀ ਜਿਹੜੀ ਬਾਈਕ ਦੀ ਐਵਰੇਜ ਸੀ ਬਹੁਤ ਵਧੀਆ ਕਹਿੰਦੇ ਸੀ ਵੀ ਹੁੰਦੀ ਸੀਗੀ, ਠੀਕ ਹੈ ਜੀ। ਸੋ ਕਰਕੇ ਸਾਨੂੰ ਪੁਰਾਣੇ ਮਾਡਲ ਦਾ ਟੇਸਟ ਆਦਾ ਜੀ, ਬਾਈਕ ਆਪਣੇ ਕੋਲ ਖੜੀ ਹੈ। ਇਸ ਤੋਂ ਅੱਗੇ ਆਪਣੇ ਕੋਲ ਹੈਗਾ ਜੀ
ਬਲੈਕ ਦੇ ਵਿੱਚ ਪਰਪਲ ਬਲੂ ਕਲਰ ਦਾ ਕੰਬੀਨੇਸ਼ਨ 2000 ਗੱਲ ਕਰੀਏ ਤਾਂ ਜੀ 2017 ਮਾਡਲ 46,000 ਰੁਪਏ 46,000 ਰੁਪਏ ਡਿਮਾਂਡ ਹੈ ਠੀਕ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ PB08 ਜਲੰਧਰ ਦਾ ਨੰਬਰ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਅੱਗੇ ਆਪਣੇ ਕੋਲ ਖੜੀ ਹੈ ਜੀ TVS ਦੀ ਜੁਪੀਟਰ ਠੀਕ ਹੈ ਜੀ PB08 ਜਲੰਧਰ ਦਾ ਨੰਬਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਗੱਲ ਕਰੀਏ ਮਾਡਲ ਦੀ ਤਾਂ ਜੀ 2018 ਮਾਡਲ 35,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਮਹਿਰੂਨ ਜਾਂ ਰਾਣੀ ਸ਼ੇਡ ਜਿਵੇਂ ਆਪਾਂ ਕਹਿ ਦਿੰਦੇ ਉਸ ਕਲਰ ਦੇ ਵਿੱਚ ਰੈੱਡ ਨਹੀਂ ਹੈ ਠੀਕ ਹੈ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਸ ਤੋਂ ਅੱਗੇ ਆਪਣੇ ਕੋਲ ਹੈਗੇ ਜੀ TVS ਦਾ ਅਪਾਚੀ 2010 ਮਾਡਲ 16,000 ਰੁਪਇਆ ਜਿਹੜੀ ਇਹਦੀ ਡਿਮਾਂਡ ਹੈ ਬਲੈਕ ਕਲਰ ਦੇ ਵਿੱਚ ਠੀਕ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਦੇ ਵਿੱਚ ਗ੍ਰੇ ਕਲਰ ਦਾ ਕੰਬੀਨੇਸ਼ਨ ਕੰਡੀਸ਼ਨ ਕਾਫੀ ਹੱਦ ਤੱਕ ਵਧੀਆ ਟਾਇਰਾਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਲੈਕ ਕਲਰ ਦੇ ਵਿੱਚ ਹੈ ਪ੍ਰਾਈਸ ਤੁਹਾਨੂੰ ਦੁਬਾਰਾ ਦਿਖਾ ਦਿੰਦਾ ਜੀ 2010 ਮਾਡਲ 16,000 ਰੁਪਇਆ ਜਿਹੜੀ ਇਹਦੀ ਡਿਮਾਂਡ ਹੈ ਨੈਕਸਟ ਆਪਣੇ ਕੋਲ ਆ ਰਹੇ ਜੀ 2012 ਮਾਡਲ ਡਿਸਕਵਰ 16,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨੰਬਰ ਦੀ ਗੱਲ ਕਰੀਏ ਤਾਂ ਜੀ PB08 ਜਲੰਧਰ ਦਾ ਹੀ ਨੰਬਰ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ PB08 ਜਲੰਧਰ ਦਾ ਨੰਬਰ ਬਜਾਜ ਡਿਸਕਵਰ 2012 ਮਾਡਲ 16,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਨੈਕਸਟ ਆਪਣੇ ਕੋਲ ਆ ਰਿਹਾ ਜੀ 2016 ਮਾਡਲ 28,000 ਰੁਪਏ ਡਿਮਾਂਡ ਹੀਰੋ ਦਾ ਸੁਪਰ ਸਪਲੈਂਡਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਾਈਕ ਦੀ ਠੀਕ ਹੈ ਜੀ ਵੈਸੇ ਤਾਂ ਕੰਡੀਸ਼ਨ ਵਧੀਆ ਥੋੜ੍ਹਾ ਜਿਹਾ ਲਾਈਟ ਅਤੇ ਸਮਥਿੰਗ ਸ਼ਾਇਦ ਕੋਈ ਲੋਕ ਵਗੈਰਾ ਟੁੱਟੇ ਹੋਏ ਨੇ ਜਾਂ ਕੋਈ ਪ੍ਰੋਬਲਮ ਹੈ ਤਾਂ ਕਰਕੇ ਟੇਪ ਲਗਾਈ ਹੋਈ ਹੈ ਠੀਕ ਹੈ ਜੀ ਸੋ ਇਸ ਚੀਜ਼ ਨੂੰ ਤੁਹਾਨੂੰ ਲੱਗਦਾ ਕਰਵਾਉਣਾ ਪਏਗਾ ਗੱਲ ਕਰੀਏ ਨੰਬਰ ਦੀ ਤਾਂ ਜੀ PB08 ਜਲੰਧਰ ਦਾ ਹੀ ਇਹ ਵੀ ਨੰਬਰ ਹੈ ਬਲੈਕ ਕਲਰ ਦੇ ਵਿੱਚ ਹੀਰੋ ਦਾ ਸੁਪਰ ਸਪਲੈਂਡਰ 2016 ਮਾਡਲ 28,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਨੈਕਸਟ ਆਪਣੇ ਕੋਲ ਹੈਗਾ ਜੀ TVS ਦਾ ਬਾਈਕ 2017 ਮਾਡਲ 30,000 ਰੁਪਏ ਡਿਮਾਂਡ ਹੈ ਜੀ ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈ 2016 ਮਾਡਲ TVS ਕੰਡੀਸ਼ਨ ਤੁਹਾਡੇ ਸਾਹਮਣੇ ਹੈ 2000 PB09 ਨੰਬਰ ਹੈ ਠੀਕ ਹੈ ਜੀ 17 ਮਾਡਲ 30,000 ਰੁਪਏ ਜਿਹੜੀ ਇਹਦੀ ਡਿਮਾਂਡ ਨੈਕਸਟ ਆਪਣੇ ਕੋਲ ਆ ਰਿਹਾ ਜੀ ਹੀਰੋ ਦਾ ਸਪਲੈਂਡਰ PB10 ਲੁਧਿਆਣਾ ਦਾ ਨੰਬਰ 2009 ਮਾਡਲ 25,000 ਰੁਪਏ ਡਿਮਾਂਡ ਹੈ ਬਲੈਕ ਕਲਰ ਦੇ ਵਿੱਚ ਠੀਕ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਾਫੀ ਹੱਦ ਤੱਕ ਕੰਡੀਸ਼ਨ ਵਧੀਆ ਆ ਸਮਥਿੰਗ ਸ਼ਾਇਦ ਪੋਲਿਸ਼ ਵਾਸਤੇ ਉਤਾਰਿਆ ਸੀ ਭਾਜੀ ਨੇ ਠੀਕ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਐਕਸਟਰਾ ਤੋਂ ਜਾਲੀ ਵਾਲੀ ਸੀਟ ਲੱਗੀ ਹੋਈ ਗਰਮੀਆਂ 'ਚ ਬਹੁਤ ਚੰਗੀ ਰਹਿੰਦੀ ਹੈ ਗੱਲ ਕਰੀਏ ਕਿਲੋਮੀਟਰ ਦੀ ਤਾਂ ਜੀ ਕਿਲੋਮੀਟਰ ਤੁਸੀਂ ਚੈੱਕ ਕਰ ਸਕਦੇ ਹੋ 28,000 ਕਿਲੋਮੀਟਰ ਦੇ ਆਸ ਪਾਸ ਜਿਹੜੀ ਇਹ ਬਾਈਕ ਚੱਲੀ ਹੋਈ ਆ ਇਸ ਤੋਂ ਅੱਗੇ ਆਪਣੇ ਕੋਲ ਹੈਗਾ ਜੀ PB08 ਜਲੰਧਰ ਦਾ ਨੰਬਰ 18 ਮਾਡਲ 1,42,000 ਰੁਪਏ ਡਿਮਾਂਡ ਹੈ ਗੱਲ ਕਰੀਏ ਐਕਸਟਰਾ ਤੋਂ ਜੀ ਅਲੋਏ ਵੀਲਸ ਲੱਗੇ ਹੋਏ ਨੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬੈਕ ਸਾਈਡ ਤੇ ਅਲੋਏ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਹੈ ਗੱਲ ਕਰੀਏ ਕਿਲੋਮੀਟਰ ਦੀ ਤਾਂ ਜੀ ਸਮਥਿੰਗ 24,000 ਦੇ ਆਸ ਪਾਸ ਜਿਹੜੀ ਬਾਈਕ ਹੈ ਇਹ ਚੱਲੀ ਹੋਈ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਟਾਇਰਾਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ 'ਚ ਹੈ PB08 ਜਲੰਧਰ ਦਾ ਨੰਬਰ 2018 ਮਾਡਲ 1,42,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਨੈਕਸਟ ਆਪਣੇ ਕੋਲ ਆ ਰਿਹਾ ਜੀ ਹੀਰੋ ਦਾ ਸਪਲੈਂਡਰ PB08 ਨੰਬਰ 2012 ਮਾਡਲ 29,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਬਲੈਕ ਕਲਰ ਦੇ ਵਿੱਚ ਹੈ ਜੀ ਠੀਕ ਹੈ ਜੀ ਸਪਲੈਂਡਰ ਤੁਸੀਂ ਦੇਖ ਸਕਦੇ ਹੋ ਸਪਲੈਂਡਰ ਪਲੱਸ ਬਲੈਕ ਦੇ ਵਿੱਚ ਗ੍ਰੇ ਕਲਰ ਦਾ ਕੰਬੀਨੇਸ਼ਨ PB08 ਜਲੰਧਰ ਦਾ ਨੰਬਰ ਪ੍ਰਾਈਜ਼ ਇੱਕ ਵਾਰ ਦੁਬਾਰਾ ਚੈੱਕ ਕਰ ਲਓ ਜੀ 2012 ਮਾਡਲ 29,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਇਸ ਤੋਂ ਅੱਗੇ ਆਪਣੇ ਕੋਲ ਆ ਰਿਹਾ ਜੀ ਪਲੈਟੀਨਾ ਨਵੇਂ ਮਾਡਲ ਦੇ ਵਿੱਚ PB08 2018 ਮਾਡਲ 46,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਬਲੈਕ ਦੇ ਵਿੱਚ ਗ੍ਰੇ ਕਲਰ ਦਾ ਕੰਬੀਨੇਸ਼ਨ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਾਈਕ ਜਿਹੜਾ ਖੜਾ ਵਾ ਲਾਸਟ ਬਟ ਨਾਟ ਦਾ ਲੀਸਟ ਆਪਣੇ ਕੋਲ ਆ ਰਿਹਾ ਜੀ PB08 ਜਲੰਧਰ ਦਾ ਨੰਬਰ 2017 ਮਾਡਲ 46,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਠੀਕ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸੋਰੀ ਇਹ 2019 ਮਾਡਲ ਹੈ 47,000 ਰੁਪਏ ਡਿਮਾਂਡ ਹੈ ਜੀ ਇਹ 2018 ਮਾਡਲ 46,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ ਕੰਡੀਸ਼ਨ ਤੁਸੀਂ ਦੋਨਾਂ ਦੀ ਹੀ ਚੈੱਕ ਕਰ ਸਕਦੇ ਹੋ ਉਹ 2019 ਮਾਡਲ ਹੈ ਠੀਕ ਹੈ ਜੀ ਕਲਰ ਕੰਬੀਨੇਸ਼ਨ ਵੀ ਦੋਨਾਂ 'ਚ ਸੇਮ ਹੈ ਜੀ ਗ੍ਰੇ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਹੈ ਇਹਦੀ ਵੀ ਗੱਲ ਕਰੀਏ ਤਾਂ ਇਹ ਵੀ ਗ੍ਰੇ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਜਿਹੜੀ ਇਹ ਬਾਈਕ ਖੜੀ ਹੈ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਆਪਣੇ ਕੋਲ 16,000 ਰੁਪਏ ਤੋਂ ਬਾਈਕ ਜਿਹੜੇ ਸਟਾਰਟ ਸੀਗੀਆਂ ਡੀਲਰ ਦੀਆਂ ਡਿਟੇਲ ਡਿਸਕ੍ਰਿਪਸ਼ਨ 'ਚ ਦਿੱਤੀਆਂ ਹੋਈਆਂ ਨੇ ਯਾਮਾ ਸਪਲੈਂਡਰ ਡੀਲਕਸ ਸਕੂਟੀ ਬੁਲਟ ਅਪਾਚੀ ਸਾਰਾ ਕੁਛ ਆਪਣੇ ਕੋਲ ਅੱਜ ਖੜਾ ਮਿਕਸ ਸੈਗਮੈਂਟ ਸੀ ਯਾਮਾ ਦੀ ਬਹੁਤ ਡਿਮਾਂਡ ਆ ਰਹੀ ਸੀ ਤਾਂ ਆਪਣੇ ਕੋਲ ਯਾਮਾ ਵੀ ਇੱਕ ਮਾਡਲ ਖੜਾ ਸੀ
ठीक है जी, तुसी वीडियो च देख लिया। सो अज दी वीडियो च बस इना ही। वीडियो चंगी लगे तो वीडियो नू लाइक ते चैनल नू सब्सक्राइब करना ना भूलियो।